ਅਮਰੀਕਾ ਅਤੇ ਕੈਨੇਡਾ ਇਹੀ ਦੋ ਦੇਸ਼ ਨੇ ਜਿਨ੍ਹਾਂ ਵੱਲ ਪੰਜਾਬੀ ਵਰਗ ਭੱਜਿਆ ਜਾ ਰਿਹਾ ਹੈ। ਕੁਝ ਲੋਕਾਂ ਨੂੰ ਤਾਂ ਬਾਹਰ ਜਾਣ ਤੋਂ ਇਲਾਵਾ ਹੋਰ ਕੁਝ ਸੋਚਦਾ ਹੀ ਨਹੀਂ। ਗੁਲਵੰਤ ਸਿੰਘ ਲੁਧਿਆਣਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਸਨ ਜਿਹੜੇ ਕਿ ਹੁਣ ਅਮਰੀਕਾ ਨਿਵਾਸੀ ਹਨ। ਗੁਲਵੰਤ ਸਿੰਘ 34 ਲੱਖ ਰੁਪਏ ਲਾ ਕੇ ਡੋਂਕੀ ਦੇ ਰਾਹੀਂ ਅਮਰੀਕਾ ਪਹੁੰਚੇ ਸਨ। ਗੁਲਵੰਤ ਸਿੰਘ ਨੇ ਦੱਸਿਆ ਕਿ ਗ੍ਰੀਸ ਤੋਂ ਹੁੰਦੇ ਹੋਏ ਉਹ ਮੈਕਸੀਕੋ ਤੱਕ ਪਹੁੰਚੇ, ਪਰ ਜੰਗਲੀ ਸਫ਼ਰ ਦੀ ਸ਼ੁਰੂਆਤ ਉਸਨੇ 15 ਬੰਦਿਆਂ ਦੇ ਨਾਲ ਸ਼ੁਰੂ ਕੀਤੀ ਸੀ। ਇਹਨਾਂ 15 ਦੇ ਵਿੱਚ ਕੁਝ ਫਿਲੀਪੀਅਨਸ ਤੇ ਕੁਝ ਕਾਲੇ ਵੀ ਸਨ। ਜੰਗਲ ਵਿੱਚ ਲਗਾਤਾਰ ਚੱਲਣਾ ਪੈਂਦਾ ਸੀ ਤੇ ਕਿਤੇ ਵੀ ਆਪਣੀ ਮਰਜ਼ੀ ਦੇ ਨਾਲ ਆਰਾਮ ਨਹੀਂ ਕਰ ਸਕਦੇ ਸੀ। ਜੋ ਵੀ ਰੁਕਦਾ ਸੀ ਉਸਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਸੀ ਤੇ ਜੰਗਲਾਂ ਦੇ ਵਿੱਚ ਹੀ ਉਹ ਇਨਸਾਨ ਦਮ ਤੋੜ ਦਿੰਦਾ ਸੀ। ਜੇ ਕਿਸੇ ਨੂੰ ਕੋਈ ਬਿਮਾਰੀ ਜਾਂ ਜ਼ਖਮ ਹੋ ਜਾਂਦਾ ਸੀ ਤਾਂ ਡੋਂਕਰ ਉਸਨੂੰ ਉੱਥੇ ਹੀ ਛੱਡ ਜਾਂਦੇ ਸੀ। ਗੁਲਵੰਤ ਸਿੰਘ ਨੇ ਦੱਸਿਆ ਕਿ ਥੋੜੇ ਖਾਣੇ ਦੇ ਉੱਪਰ ਹੀ ਬਹੁਤ ਲੰਮਾ ਸਫ਼ਰ ਤੈਅ ਕਰਨਾ ਪੈਂਦਾ ਸੀ। ਉਹ ਦੱਸਦੇ ਨੇ ਕਿ ਅਸੀਂ ਜੰਗਲ ਦੀ ਭਿਆਨਕਤਾ ਨੂੰ ਸਮਝ ਗਏ ਸੀ ਅਤੇ ਰਸਤੇ ਦੇ ਵਿੱਚ ਸਾਨੂੰ ਕਈ ਲਾਸ਼ਾਂ ਅਤੇ ਕਈ ਕੰਕਾਲ ਵੀ ਮਿਲੇ ਸੀ। ਇਹਨਾਂ ਨੂੰ ਵੀ ਸ਼ਾਇਦ ਡੋਂਕਰ ਰਾਹ ਵਿੱਚ ਹੀ ਛੱਡ ਗਏ ਹੋਣਗੇ। ਸਾਨੂੰ ਵੀ ਚੱਲਦੇ ਚੱਲਦੇ ਹਨੇਰਾ ਹੋਣ ਲੱਗਿਆ ਸੀ, ਉੱਪਰੋਂ ਮੀਂਹ ਵੀ ਪੈਣ ਲੱਗਿਆ ਸੀ, ਪਰ ਡੋਂਕਰਾਂ ਨੇ ਸਾਨੂੰ ਰੁਕਣ ਨਹੀਂ ਦਿੱਤਾ। ਸਾਡੇ ਹੀ ਗਰੁੱਪ ਦੇ ਵਿੱਚ ਇੱਕ ਫਿਲੀਪੀਅਨ ਔਰਤ ਸੀ ਤੇ ਉਹ ਮੀਂਹ ਦੇ ਪਾਣੀ ਵਿੱਚ ਭਿੱਜ ਕੇ ਬਿਮਾਰ ਹੋ ਗਈ ਸੀ। ਜਦੋਂ ਸਾਡਾ ਗਰੁੱਪ ਆਰਾਮ ਕਰਨ ਦੇ ਲਈ ਇੱਕ ਜਗ੍ਹਾ ਤੇ ਰੁਕਿਆ ਤਾਂ ਇੱਕ ਜ਼ਹਿਰੀਲੇ ਸੱਪ ਨੇ ਉਸਨੂੰ ਡੰਗ ਮਾਰ ਦਿੱਤਾ ਸੀ। ਡੋਂਕਰ ਇੰਨੇ ਨਿਰਦਈ ਸੀ ਕਿ ਉਸਨੂੰ ਉੱਥੇ ਹੀ ਤੜਫਦੀ ਨੂੰ ਛੱਡ ਕੇ ਚਲੇ ਗਏ। ਇੱਕ ਤਾਂ ਉਹ ਬਿਮਾਰੀ ਕਾਰਨ ਹਿੰਮਤ ਹਾਰ ਬੈਠੀ ਸੀ ਤੇ ਦੂਸਰਾ ਸੱਪ ਸ਼ਾਇਦ ਜ਼ਿਆਦਾ ਹੀ ਜ਼ਹਿਰੀਲਾ ਸੀ। ਸਾਡਾ ਸਾਰਾ ਗਰੁੱਪ ਇਹ ਸਭ ਦੇਖ ਕੇ ਡਰ ਗਿਆ ਸੀ ਤੇ ਸਾਡੀ ਹਿੰਮਤ ਵੀ ਜਵਾਬ ਦੇ ਰਹੀ ਸੀ। ਹੌਲੀ ਹੌਲੀ ਰਸਤਾ ਕੱਟਦਾ ਗਿਆ। ਜੰਗਲ ਦੇ ਵਿੱਚ ਕਈ ਤਰ੍ਹਾਂ ਦੇ ਜੀਵ ਜੰਤੂ ਵੀ ਦੇਖਣ ਨੂੰ ਮਿਲ ਰਹੇ ਸੀ। ਜੀਵ ਜੰਤੂ ਦੇਖ ਹੀ ਰਹੇ ਸੀ ਕਿ ਇੱਕ ਬੰਦਾ ਸਾਨੂੰ ਦਰਖਤ ਨਾਲ ਢੋ ਲਾਈ ਬੈਠਾ ਮਿਲਿਆ। ਸਾਨੂੰ ਲੱਗਿਆ ਕਿ ਉਹ ਆਪਣੇ ਗਰੁੱਪ ਨਾਲੋਂ ਵਿਛੜ ਗਿਆ ਹੋਵੇਗਾ। ਜਦੋਂ ਅਸੀਂ ਜਾ ਕੇ ਉਸਨੂੰ ਹਿਲਾਇਆ ਤਾਂ ਉਹ ਮਰਿਆ ਪਿਆ ਸੀ। ਦੇਖਣ ਨੂੰ ਉਹ ਇੱਕ ਪੰਜਾਬੀ ਲੱਗ ਰਿਹਾ ਸੀ। ਉਸ ਤੋਂ ਬਾਅਦ ਰਸਤੇ ਵਿੱਚ ਕਈ ਲਾਸ਼ਾਂ ਮਿਲੀਆਂ ਜਿਸ ਵਿੱਚ ਇੱਕ ਦੇ ਕੜਾ ਵੀ ਪਾਇਆ ਹੋਇਆ ਸੀ। ਇਹ ਸਭ ਕੁਝ ਦੇਖ ਕੇ ਸਾਡਾ ਦਿਮਾਗ ਖਰਾਬ ਹੋਇਆ ਪਿਆ ਸੀ। ਅਗਲੇ ਦਿਨ ਸ਼ਾਮ ਨੂੰ ਹਨੇਰਾ ਹੋਣ ਤੇ ਇੱਕ ਪਹਾੜੀ ਦੇ ਆਸਰੇ ਅਸੀਂ ਰਾਤ ਕੱਟੀ। ਰਾਤ ਨੂੰ ਤਾਂ ਜੰਗਲ ਦੇ ਵਿੱਚ ਆਵਾਜ਼ਾਂ ਹੋਰ ਵੀ ਭਿਆਨਕ ਆਉਂਦੀਆਂ ਨੇ। ਥੋੜੇ ਸਮੇਂ ਬਾਅਦ ਹੀ ਸਾਨੂੰ ਇੱਕ ਬੰਦੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਕਿਸੇ ਪੰਜਾਬੀ ਮੁੰਡੇ ਦੀ ਸੀ। ਦਰਦ ਨਾਲ ਚੀਖਦਾ ਉਹ ਮੁੰਡਾ ਕਹਿ ਰਿਹਾ ਸੀ ਕਿ ਮੈਨੂੰ ਵੀ ਲੈ ਚੱਲੋ। ਪਹਾੜੀ ਵਾਲੇ ਪਾਸਿਓਂ ਆਵਾਜ਼ ਆ ਰਹੀ ਸੀ ਪਰ ਉਹ ਦਿਖਾਈ ਕਿਤੇ ਨਹੀਂ ਦੇ ਰਿਹਾ ਸੀ। ਅਸੀਂ ਸਾਰੇ ਹੀ ਘਬਰਾ ਗਏ। ਸਾਡੇ ਗਰੁੱਪ ਦੇ ਕਾਲੇ ਬੰਦਿਆਂ ਨੂੰ ਵੀ ਆਵਾਜ਼ ਸੁਣਾਈ ਦੇ ਰਹੀ ਸੀ, ਹਾਲਾਂਕਿ ਉਹਨਾਂ ਨੂੰ ਸਮਝ ਕੁਝ ਵੀ ਨਹੀਂ ਆ ਰਿਹਾ ਸੀ ਕਿਉਂਕਿ ਉਹ ਪੰਜਾਬੀ ਬੋਲ ਰਿਹਾ ਸੀ, ਪਰ ਆਵਾਜ਼ ਉਹਨਾਂ ਨੂੰ ਵੀ ਸੁਣਾਈ ਦੇ ਰਹੀ ਸੀ। ਇਸ ਤੋਂ ਇਹ ਕਨਫਰਮ ਹੋ ਗਿਆ ਕਿ ਇਹ ਸਾਡਾ ਕੋਈ ਵਹਿਮ ਨਹੀਂ ਸੀ। ਸਾਨੂੰ ਲੱਗਿਆ ਕਿ ਸਾਡੀ ਤਰ੍ਹਾਂ ਹੀ ਕੋਈ ਪੰਜਾਬੀ ਦਰਦ ਨਾਲ ਕਰਾ ਰਿਹਾ ਹੈ, ਸਾਨੂੰ ਉਸ ਦੀ ਮਦਦ ਕਰਨੀ ਚਾਹੀਦੀ ਹੈ। ਤਾਂ ਅਸੀਂ ਪੰਜਾਬੀ ਮੁੰਡੇ ਉੱਠ ਕੇ ਉਸ ਨੂੰ ਲੱਭਣ ਲੱਗ ਪਏ ਕਿ ਸ਼ਾਇਦ ਉਹ ਵੀ ਕਿਸੇ ਦਰਖਤ ਨਾਲ ਢੋ ਲਾਈ ਬੈਠਾ ਹੋਵੇ ਜਾਂ ਕਿਤੇ ਝਾੜੀਆਂ ਦੇ ਵਿੱਚ ਲੁਕਿਆ ਹੋਵੇ। ਅਸੀਂ ਉਸ ਨੂੰ ਕਾਫੀ ਇੱਧਰ ਉੱਧਰ ਲੱਭਿਆ ਪਰ ਸਾਨੂੰ ਉਹ ਕਿਤੇ ਨਾ ਮਿਲਿਆ। ਫਿਰ ਅਸੀਂ ਉਸ ਨੂੰ ਆਵਾਜ਼ ਮਾਰ ਕੇ ਉਸ ਦਾ ਨਾਮ ਪੁੱਛਿਆ। ਉਸ ਨੇ ਕਿਹਾ ਕਿ ਮੇਰਾ ਨਾਮ ਤੇਜਵੀਰ ਹੈ ਤੇ ਮੈਂ ਆਪਣੀ ਮਾਂ ਦੇ ਨਾਲ ਗੱਲ ਕਰਨੀ ਚਾਹੁੰਦਾ ਹਾਂ, ਜਾਂ ਫਿਰ ਤੁਸੀਂ ਹੀ ਮੇਰੀ ਮਾਂ ਨੂੰ ਫੋਨ ਕਰਕੇ ਕਹਿ ਦਿਓ ਕਿ ਤੇਜਵੀਰ ਅਮਰੀਕਾ ਨਹੀਂ ਪਹੁੰਚ ਸਕਿਆ। ਉਸ ਤੋਂ ਬਾਅਦ ਉਸਨੇ ਆਪਣਾ ਨੰਬਰ ਬੋਲਿਆ। ਮੈਂ ਉਹ ਨੰਬਰ ਆਪਣੀ ਡਾਇਰੀ ਦੇ ਵਿੱਚ ਨੋਟ ਕਰ ਲਿਆ, ਪਰ ਫੋਨ ਕਿਵੇਂ ਕਰਦੇ, ਉੱਥੇ ਕਿਹੜਾ ਕੋਈ ਨੈਟਵਰਕ ਆ ਰਿਹਾ ਸੀ। ਫਿਰ ਸਾਡੇ ਡੋਂਕਰ ਦੇ ਇਸ਼ਾਰੇ ਤੇ ਸਾਨੂੰ ਤੁਰਨਾ ਪਿਆ। ਅਸੀਂ ਉਸ ਮੁੰਡੇ ਨੂੰ ਲੱਭ ਕੇ ਉਸ ਨੂੰ ਨਾਲ ਲਿਜਾਣਾ ਚਾਹੁੰਦੇ ਸੀ, ਪਰ ਡੋਂਕਰ ਇੰਨਾ ਜ਼ਿਆਦਾ ਨਿਰਦਈ ਸੀ ਤੇ ਆਪਣੀ ਭਾਸ਼ਾ ਦੇ ਵਿੱਚ ਗਾਲਾਂ ਕੱਢ ਰਿਹਾ ਸੀ ਕਿ ਸਾਨੂੰ ਉੱਥੋਂ ਤੁਰਨਾ ਹੀ ਪਿਆ। ਵਾਪਸ ਮੁੜਦੇ ਹੋਏ ਵੀ ਅਸੀਂ ਉਸ ਮੁੰਡੇ ਨੂੰ ਝਾੜੀਆਂ ਦੇ ਵਿੱਚ ਲੱਭਦੇ ਰਹੇ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਮਿਲ ਪਵੇ ਤੇ ਅਸੀਂ ਉਸ ਨੂੰ ਨਾਲ ਲੈ ਚੱਲੀਏ, ਪਰ ਸਾਨੂੰ ਉਹ ਮੁੰਡਾ ਕਿਤੇ ਨਾ ਮਿਲਿਆ। ਪਰ ਉਹ ਮੁੰਡਾ ਅਜੇ ਵੀ ਆਵਾਜ਼ਾਂ ਮਾਰ ਰਿਹਾ ਸੀ ਕਿ ਮੈਨੂੰ ਵੀ ਲੈ ਚੱਲੋ, ਮੈਨੂੰ ਕਿਉਂ ਛੱਡ ਕੇ ਜਾ ਰਹੇ ਹੋ। ਜਦੋਂ ਸਾਡਾ ਧਿਆਨ ਆਵਾਜ਼ ਵੱਲ ਫਿਰ ਤੋਂ ਹੋਣ ਲੱਗਿਆ ਤਾਂ ਡੋਂਕਰ ਨੇ ਸਾਨੂੰ ਝਿੜਕ ਕੇ ਕਿਹਾ ਕਿ ਜਲਦੀ ਕਰੋ, ਤੇਜ਼ੀ ਨਾਲ ਚੱਲੋ। ਸਾਨੂੰ ਵੀ ਸਮਝ ਆ ਗਈ ਸੀ ਕਿ ਡੋਂਕਰ ਤਾਂ ਚੰਗੇ ਭਲੇ ਬੰਦੇ ਨੂੰ ਮਰਨ ਲਈ ਛੱਡ ਕੇ ਚਲੇ ਜਾਂਦੇ ਨੇ ਤੇ ਇਹ ਤਾਂ ਫਿਰ ਵੀ ਤੜਪ ਰਿਹਾ ਪੰਜਾਬੀ ਮੁੰਡਾ ਹੈ, ਇਸ ਨੂੰ ਨਾਲ ਲਿਜਾਣ ਦਾ ਰਿਸਕ ਉਹ ਕਿਉਂ ਲੈਣਗੇ। ਸੋ ਡਰਦੇ ਹੋਏ ਅਤੇ ਥੱਕੇ ਟੁੱਟੇ ਅਸੀਂ ਵੀ ਚੱਲਦੇ ਰਹੇ।
ਕਈ ਦਿਨਾਂ ਦੇ ਸਫ਼ਰ ਤੋਂ ਬਾਅਦ ਆਖਰ ਅਸੀਂ ਮੈਕਸੀਕੋ ਵਾਲੀ ਕੰਧ ਟੱਪ ਕੇ ਅਮਰੀਕਾ ਵਿੱਚ ਦਾਖਲ ਹੋ ਗਏ। 15 ਦੇ ਵਿੱਚੋਂ ਸਿਰਫ 9 ਜਾਣੇ ਹੀ ਅਮਰੀਕਾ ਪਹੁੰਚ ਪਾਏ ਸੀ। ਉੱਥੇ ਜਾ ਕੇ ਅਸੀਂ ਹੌਲੀ ਹੌਲੀ ਉੱਥੋਂ ਦੇ ਰੰਗ ਢੰਗ ਦੇ ਹਿਸਾਬ ਨਾਲ ਕੰਮ ਲੱਭਿਆ, ਰਹਿਣ ਵਾਸਤੇ ਟਿਕਾਣਾ ਲੱਭਿਆ ਤੇ ਜਦੋਂ ਕਈ ਦਿਨਾਂ ਦੀ ਨੀਂਦ ਪੂਰੀ ਹੋਣ ਤੋਂ ਬਾਅਦ ਸੁਰਤ ਟਿਕਾਣੇ ਆਈ ਤਾਂ ਮੈਨੂੰ ਉਹ ਵਾਕਿਆ ਯਾਦ ਆ ਗਿਆ। ਫਿਰ ਮੈਂ ਆਪਣੀ ਡਾਇਰੀ ਖੋਲ੍ਹ ਕੇ ਉਸ ਨੰਬਰ ਨੂੰ ਡਾਇਲ ਕੀਤਾ ਜੋ ਉਸ ਮੁੰਡੇ ਨੇ ਮੈਨੂੰ ਲਿਖਵਾਇਆ ਸੀ। ਸਾਹਮਣੇ ਤੋਂ ਇੱਕ ਮਾਤਾ ਨੇ ਫੋਨ ਚੱਕਿਆ। ਮੈਂ ਪੁੱਛਿਆ ਕਿ ਇਹ ਤੇਜਵੀਰ ਦਾ ਨੰਬਰ ਹੈ ਤਾਂ ਮਾਤਾ ਨੇ ਕਿਹਾ ਕਿ ਤੈਨੂੰ ਵੀ ਜ਼ਰੂਰ ਇਹ ਨੰਬਰ ਅਮਰੀਕਾ ਜਾਂਦੇ ਸਮੇਂ ਜੰਗਲਾਂ ਦੇ ਵਿੱਚੋਂ ਮਿਲਿਆ ਹੋਵੇਗਾ। ਮੈਂ ਬੜਾ ਹੈਰਾਨ ਹੋਇਆ ਕਿ ਮਾਤਾ ਨੂੰ ਇਹ ਸਭ ਕਿਵੇਂ ਪਤਾ। ਮੈਂ ਮਾਤਾ ਨੂੰ ਪੁੱਛਿਆ ਕਿ ਤੇਜਵੀਰ ਹੁਣ ਕਿੱਥੇ ਹੈ ਤਾਂ ਜੋ ਉਸ ਵੇਲੇ ਮਾਤਾ ਨੇ ਮੈਨੂੰ ਦੱਸਿਆ ਉਹ ਸੁਣ ਕੇ ਮੇਰੀਆਂ ਲੱਤਾਂ ਕੰਬਣ ਲੱਗ ਪਈਆਂ। ਮਾਤਾ ਨੇ ਦੱਸਿਆ ਕਿ ਤੇਜਵੀਰ ਨਾ ਤਾਂ ਅਮਰੀਕਾ ਪਹੁੰਚ ਸਕਿਆ ਤੇ ਨਾ ਹੀ ਪੰਜਾਬ ਵਾਪਸ ਮੁੜਿਆ। ਉਸ ਨੂੰ ਤਾਂ ਮਰੇ ਨੂੰ 16 ਸਾਲ ਹੋ ਚੁੱਕੇ ਹਨ। ਉਹ ਸਾਲ 2008 ਦੇ ਵਿੱਚ ਅਮਰੀਕਾ ਜਾਂਦੇ ਸਮੇਂ ਜੰਗਲਾਂ ਦੇ ਵਿੱਚ ਹੀ ਮਾਰਿਆ ਗਿਆ ਸੀ ਤੇ ਸ਼ਾਇਦ ਉਸ ਦੀ ਰੂਹ ਅਜੇ ਵੀ ਭਟਕ ਰਹੀ ਹੈ। ਪਿਛਲੇ 16 ਸਾਲਾਂ ਦੇ ਵਿੱਚ ਤੁਹਾਡੇ ਵਾਂਗੂ ਪਤਾ ਹੀ ਨਹੀਂ ਕਿੰਨੇ ਹੀ ਲੋਕ ਸਾਨੂੰ ਫੋਨ ਕਰ ਚੁੱਕੇ ਹਨ ਤੇ ਸਾਰੇ ਇਹੀ ਗੱਲ ਦੱਸਦੇ ਨੇ ਕਿ ਰਸਤੇ ਦੇ ਵਿੱਚ ਸਾਨੂੰ ਤੇਜਵੀਰ ਦੀ ਆਵਾਜ਼ ਸੁਣਾਈ ਦਿੱਤੀ ਸੀ ਤੇ ਇਹ ਨੰਬਰ ਵੀ ਦਿੱਤਾ ਸੀ। ਅਸੀਂ ਵੀ ਇਹ ਨੰਬਰ ਜਾਣਬੁੱਝ ਕੇ ਬੰਦ ਨਹੀਂ ਕੀਤਾ ਕਿਉਂਕਿ ਸਾਡੇ ਪੁੱਤ ਤੇਜਵੀਰ ਦਾ ਫੋਨ ਨਾ ਸਹੀ ਪਰ ਉਸ ਬਾਰੇ ਫੋਨ ਤਾਂ ਆਉਂਦੇ ਨੇ, ਕੋਈ ਉਸ ਦੇ ਬਾਰੇ ਗੱਲ ਤਾਂ ਕਰਦਾ ਹੈ, ਕੋਈ ਉਸ ਦਾ ਨਾਮ ਤਾਂ ਲੈਂਦਾ ਹੈ। ਅਸੀਂ ਵੀ ਇਸ ਬਹਾਨੇ ਉਸ ਨੂੰ ਯਾਦ ਕਰਕੇ ਰੋ ਲੈਂਦੇ ਹਾਂ। ਹੁਣ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਸ ਮਾਤਾ ਨੂੰ ਕੀ ਬੋਲਾਂ, ਕੀ ਆਖਾਂ। ਮੇਰੇ ਤਾਂ ਸ਼ਬਦ ਵੀ ਮੁੱਕ ਚੁੱਕੇ ਸਨ। ਮੈਂ ਤਾਂ ਕਦੇ ਵੀ ਇੰਨਾ ਭੂਤ ਪ੍ਰੇਤ ਆਤਮਾ ਵਾਲੀਆਂ ਗੱਲਾਂ ਤੇ ਯਕੀਨ ਨਹੀਂ ਕੀਤਾ ਸੀ, ਪਰ ਹੁਣ ਜੋ ਮੇਰੇ ਨਾਲ ਵਾਪਰੀ ਸੀ ਉਸ ਬਾਰੇ ਮੈਂ ਕੀ ਕਹਾਂ, ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਮੈਂ ਉਸ ਮਾਤਾ ਨੂੰ ਪੁੱਛਿਆ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡਾ ਪੁੱਤਰ ਮਰ ਗਿਆ ਹੈ ਤਾਂ ਉਸ ਮਾਤਾ ਨੇ ਦੱਸਿਆ ਕਿ ਸਾਡੇ ਪਿੰਡ ਤੋਂ 2 ਮੁੰਡਿਆਂ ਨੇ ਡੌਂਕੀ ਲਾਈ ਸੀ, ਦੂਜਾ ਮੁੰਡਾ ਤਾਂ ਅਮਰੀਕਾ ਪਹੁੰਚ ਗਿਆ ਸੀ ਪਰ ਤੇਜਵੀਰ ਮਾਰਿਆ ਗਿਆ। ਉਸ ਮੁੰਡੇ ਨੇ ਹੀ ਤੇਜਵੀਰ ਦੀ ਮੌਤ ਬਾਰੇ ਸਾਨੂੰ ਦੱਸਿਆ ਸੀ। ਫਿਰ ਮੈਂ ਤੇਜਵੀਰ ਦੀ ਮਾਤਾ ਤੋਂ ਉਸ ਦੂਜੇ ਮੁੰਡੇ ਦਾ ਨੰਬਰ ਲਿਆ ਤੇ ਉਸ ਨਾਲ ਗੱਲਬਾਤ ਕੀਤੀ। ਉਸ ਮੁੰਡੇ ਨੇ ਦੱਸਿਆ ਕਿ ਸਾਲ 2008 ਦੇ ਵਿੱਚ ਅਸੀਂ ਦੋਨੇ ਪਿੰਡੋਂ ਇਕੱਠੇ ਹੀ ਤੁਰੇ ਸੀ। ਪਨਾਮਾ ਦੇ ਜੰਗਲ ਦੇ ਵਿੱਚ ਤੇਜਵੀਰ ਬਿਮਾਰ ਹੋ ਗਿਆ ਸੀ, ਉਸ ਦੀਆਂ ਉਲਟੀਆਂ ਹੀ ਬੰਦ ਨਹੀਂ ਹੋ ਰਹੀਆਂ ਸੀ। ਫਿਰ ਵੀ ਅਸੀਂ ਉਸ ਨੂੰ ਨਾਲ ਲੈ ਕੇ ਚੱਲਦੇ ਰਹੇ। ਅਸੀਂ ਸਾਰੇ ਗਰੁੱਪ ਦੇ ਬੰਦੇ 2-2 ਘੰਟੇ ਵਾਰੀ ਸਰ ਉਸ ਨੂੰ ਮੋਢਿਆਂ ਤੇ ਚੱਕ ਕੇ ਨਾਲ ਚੱਲਦੇ ਰਹੇ। ਜੋ ਸਾਡੇ ਕੋਲ ਦਵਾਈਆਂ ਸੀ ਅਸੀਂ ਉਹ ਵੀ ਦਿੱਤੀਆਂ ਤੇ ਉਸ ਨੂੰ ਠੀਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ। 2 ਦਿਨ ਤਾਂ ਉਹ ਸਾਡੇ ਮੋਢਿਆਂ ਤੇ ਹੀ ਤੜਫਦਾ ਰਿਹਾ ਤੇ ਫਿਰ ਤੀਸਰੇ ਦਿਨ ਪਾਣੀ ਦੀ ਕਮੀ ਹੋਣ ਕਰਕੇ ਬੇਹੋਸ਼ ਹੋ ਗਿਆ ਤੇ ਆਖਰ ਤੀਜੇ ਦਿਨ ਸ਼ਾਮ ਨੂੰ ਇੱਕ ਪਹਾੜੀ ਦੇ ਕੋਲ ਜਾ ਕੇ ਉਸ ਨੇ ਦਮ ਤੋੜ ਦਿੱਤਾ। ਨਾ ਚਾਹੁੰਦੇ ਹੋਏ ਵੀ ਸਾਨੂੰ ਉਸ ਦੀ ਲਾਸ਼ ਨੂੰ ਉੱਥੇ ਹੀ ਛੱਡਣਾ ਪਿਆ ਕਿਉਂਕਿ ਸਭ ਇੰਨੇ ਥੱਕ ਟੁੱਟ ਚੁੱਕੇ ਸੀ ਕਿ ਆਪਣਾ ਭਾਰ ਲੈ ਕੇ ਵੀ ਤੁਰਨਾ ਔਖਾ ਹੋਇਆ ਪਿਆ ਸੀ ਤੇ ਨਾਲੇ ਡੌਂਕਰ ਤਾਂ ਜਿਉਂਦਾ ਬੰਦਾ ਵੀ ਮਰਨ ਲਈ ਛੱਡ ਜਾਂਦੇ ਨੇ, ਇਹ ਤਾਂ ਫਿਰ ਵੀ ਇੱਕ ਲਾਸ਼ ਸੀ। ਉਸ ਨੂੰ ਜਲਾਉਣ ਦਾ ਜਾਂ ਦੱਬਣ ਦਾ ਵੀ ਸਮਾਂ ਸਾਡੇ ਕੋਲ ਨਹੀਂ ਸੀ ਕਿਉਂਕਿ ਰਾਤ ਹੋਣ ਤੋਂ ਪਹਿਲਾਂ ਅਸੀਂ ਇੱਕ ਟਿਕਾਣੇ ਤੇ ਪਹੁੰਚਣਾ ਸੀ। ਅਸੀਂ ਉਸ ਨੂੰ ਇੱਕ ਵੱਡੇ ਪੱਥਰ ਦੇ ਨਾਲ ਲਟਾ ਕੇ ਇੱਕ ਪੱਗ ਦਾ ਕੱਪੜਾ ਉਸ ਦੇ ਮੂੰਹ ਉੱਪਰ ਦੇ ਦਿੱਤਾ ਸੀ ਤੇ ਅਸੀਂ ਉੱਥੋਂ ਚਲੇ ਗਏ ਸੀ। ਸ਼ਾਇਦ ਸਾਡੇ ਉਸ ਨੂੰ ਛੱਡ ਕੇ ਜਾਣ ਵੇਲੇ ਉਸ ਦੀ ਰੂਹ ਨੇ ਵੀ ਸਾਨੂੰ ਬਹੁਤ ਆਵਾਜ਼ਾਂ ਮਾਰੀਆਂ ਹੋਣਗੀਆਂ, ਇਸੇ ਲਈ ਉਸ ਦੀ ਰੂਹ ਅੱਜ ਤੱਕ ਭਟਕ ਰਹੀ ਹੈ। ਪਰ ਆਪਾਂ ਕਰ ਵੀ ਕੀ ਸਕਦੇ ਹਾਂ, ਸਾਡੇ ਪੰਜਾਬ ਦੀ ਜਵਾਨੀ ਨੂੰ ਤਾਂ ਪਨਾਮਾ ਦੇ ਜੰਗਲਾਂ ਨੇ ਹੀ ਖਾ ਲਿਆ ਹੈ। ਪਤਾ ਨਹੀਂ ਕਿੰਨੀਆਂ ਕੁ ਮਾਵਾਂ ਦੇ ਪੁੱਤ ਪਨਾਮਾ ਦੇ ਜੰਗਲਾਂ ਵਿੱਚ ਮਰ ਖੱਪ ਗਏ ਹਨ। ਫੋਨ ਕੱਟ ਕੇ ਮੈਂ ਸੋਚਣ ਲੱਗਿਆ ਕਿ ਜੇਕਰ ਮੇਰੇ ਨਾਲ ਇੱਦਾਂ ਹੋਇਆ ਹੁੰਦਾ ਤਾਂ ਮੇਰੇ ਮਾਂ ਬਾਪ ਦਾ ਕੀ ਹੋਣਾ ਸੀ। ਮੈਂ ਤਾਂ ਘਰੋਂ ਵੀ ਸਰਦਾ ਪੁੱਜਦਾ ਸੀ ਤੇ ਇਕਲੌਤਾ ਪੁੱਤਰ ਸੀ, ਮੈਨੂੰ ਤਾਂ ਬਾਹਰ ਜਾਣ ਦੀ ਲੋੜ ਵੀ ਨਹੀਂ ਸੀ, ਮੈਂ ਤਾਂ ਸਿਰਫ ਭੇਡ ਚਾਲ ਦੇ ਵਿੱਚ ਹੀ ਬਾਹਰ ਆਇਆ ਸੀ। ਜੇਕਰ ਮੈਂ ਪੰਜਾਬ ਵਿੱਚ ਹੀ ਰੀਝ ਨਾਲ ਖੇਤੀ ਕਰਦਾ
ਤਾਂ ਮੇਰਾ ਤਾਂ ਇੱਥੇ ਹੀ ਅਮਰੀਕਾ ਹੋਣਾ ਸੀ। ਅੱਜ ਵੀ ਕਿੰਨੇ ਹੀ ਮੁੰਡੇ ਕੁੜੀਆਂ ਜਾਨ ਜੋਖਮ ਵਿੱਚ ਪਾ ਕੇ ਡੌਂਕੀਆਂ ਲਾ ਰਹੇ ਹਨ, 40-40 ਲੱਖ ਰੁਪਏ ਲਾ ਕੇ ਵੀ ਧੱਕੇ ਖਾ ਰਹੇ ਹਨ ਤੇ ਜਾਨ ਗਵਾ ਰਹੇ ਹਨ। ਜਿਸ ਬੰਦੇ ਕੋਲ ਇੰਡੀਆ ਵਿੱਚ 40 ਲੱਖ ਰੁਪਇਆ ਹੈ, ਉਹ ਤਾਂ ਇੰਡੀਆ ਵਿੱਚ ਹੀ ਟੌਪ ਦਾ ਬਿਜ਼ਨਸ ਸ਼ੁਰੂ ਕਰ ਸਕਦਾ ਹੈ। ਉਸ ਨੂੰ ਧੱਕੇ ਖਾਣ ਦੀ ਭੁੱਖੇ ਮਰਨ ਦੀ ਕੀ ਲੋੜ ਹੈ? ਪਰ ਇੰਨਾ ਕੁਝ ਸਮਝਾਉਣ ਦੇ ਬਾਵਜੂਦ, ਇੰਨੀਆਂ ਸਾਰੀਆਂ ਵੀਡੀਓਜ਼, ਦਰਦਨਾਕ ਘਟਨਾਵਾਂ ਸਾਹਮਣੇ ਆਉਣ ਦੇ ਬਾਵਜੂਦ, ਅਜੇ ਵੀ ਜਿਸ ਦੇ ਦਿਮਾਗ ਵਿੱਚ ਬਾਹਰ ਜਾਣ ਦਾ ਕੀੜਾ ਹੈ, ਉਹ ਕੀੜਾ ਤਾਂ ਬਾਹਰ ਜਾ ਕੇ ਹੀ ਮਰੇਗਾ ਜਾਂ ਫਿਰ ਧੋਖਾ ਖਾ ਕੇ ਮਰੇਗਾ, ਕਿਉਂਕਿ ਮੱਛੀ ਹਮੇਸ਼ਾ ਪੱਥਰ ਚੱਟ ਕੇ ਹੀ ਵਾਪਸ ਮੁੜਦੀ ਹੈ। ਪਰ ਮੱਛੀ ਤਾਂ ਫਿਰ ਵੀ ਵਾਪਸ ਮੁੜ ਆਉਂਦੀ ਹੈ, ਪਨਾਮਾ ਦੇ ਜੰਗਲਾਂ ਵਿੱਚ ਗਿਆ ਤਾਂ ਲਾਸ਼ ਵੀ ਵਾਪਸ ਨਹੀਂ ਮੁੜਦੀ। ਸੋ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।